ਬਾਈ ਜੀ ਪੂਰਾ ਜੋਸ਼ ਹੈ ਲੋਕਾਂ ਦੇ ਵਿੱਚ ਤੇ ਤੁਸੀਂ ਆਪ ਦੇਖ ਹੀ ਰਹੀ ਠਾਠਾ ਮਾਰਦਾ ਜੋਸ਼ ਆ ਔਰ ਇਹ ਜੋਸ਼ ਕੱਲਾ ਇੱਥੇ ਨਹੀਂ ਹੈ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਹੀ ਇੱਦਾਂ ਆ ਕਿਉਂਕਿ ਜਦੋਂ ਤੁਸੀਂ ਕੰਮ ਕੀਤੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ 2 ਸਾਲਾਂ ਜਿਸ ਤਰੀਕੇ ਦੇ ਕੰਮ ਕੀਤੇ ਹੈ ਚਾਹੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣ ਦੀ ਗੱਲ ਹੋਵੇ ਬਿਜਲੀ ਫ੍ਰੀ ਕਰਨ ਦੀ ਗੱਲ ਹੋਵੇ ਚੰਗੇ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਹੋਵੇ ਖੇਤਾਂ ਵਿੱਚ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕਰਨ ਦੀ ਗੱਲ ਹੋਵੇ ਜਦੋਂ ਇੰਨੇ ਕੰਮ ਕੀਤੇ ਹੋਣ ਤਾਂ ਲੋਕ ਤਾਂ ਪਸੰਦ ਕਰਦੇ ਹੀ ਨੇ ਤੇ ਲੋਕਾਂ ਦੀ ਪਸੰਦ ਕਰਕੇ ਜਿਹੜਾ ਇੰਨਾ ਘੱਟ ਕੰਮ ਨਜ਼ਰ ਆ ਗਿਆ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਹੋ ਤੁਸੀਂ ਮੈਂ ਤੁਹਾਨੂੰ ਮੁੱਦੇ ਕਰਾਏ ਤਾਂ ਹੈਗੇ ਨੇ ਉਹੀ ਮੁੱਦੇ ਨੇ ਜਿਹੜੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੈਗੇ ਆ ਕਿਉਂਕਿ ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਲੋਕਾਂ ਨੂੰ ਚੰਗੀ ਸਿਹਤ ਮਿਲੂਗੀ ਬੱਚਿਆਂ ਨੂੰ ਪੜ੍ਹਾਈ ਮਿਲੂਗੀ ਤਾਂ ਨੈਚੁਰਲੀ ਸਾਡਾ ਜੀਵਨ ਪੱਧਰ ਸੁਧਰੇਗਾ ਔਰ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇਗੀ ਔਰ ਖੁਸ਼ਹਾਲੀ ਆਉਣ ਦੇ ਨਾਲ ਸਾਡਾ ਰੰਗਲਾ ਪੰਜਾਬ ਦਾ ਸੁਪਨਾ ਜਿਹੜਾ ਉਹ ਪੂਰਾ ਹੋਊਗਾ ਹੈਗਾ ਔਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਹੋਰ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਜਿਹੜੀ ਸਾਡੀ ਮੌਜੂਦਾ ਇੰਡਸਟਰੀ ਹੈ ਉਹ ਵੀ ਇੱਥੇ ਰਹੇ ਤੇ ਨਵੀਂ ਇੰਡਸਟਰੀ ਵੀ ਇੱਥੇ ਆਵੇ 70,000 ਕਰੋੜ ਰੁਪਏ ਦੇ ਜਿਹੜੇ ਆ ਉਹ ਹੁਣ ਤੱਕ ਸਾਈਨ ਹੋ ਚੁੱਕੇ ਆ ਟਾਟਾ ਸਟੀਲ ਵਰਗਾ ਜਿਹੜਾ ਇੰਡੀਆ ਦਾ ਨੰਬਰ 2 ਦਾ ਪਲਾਂਟ ਹੈ ਉਹ ਲੁਧਿਆਣੇ 'ਚ ਆਲਰੇਡੀ ਸ਼ੁਰੂ ਹੋ ਚੁੱਕਿਆ ਇਹਦੇ ਨਾਲ ਸਾਨੂੰ 3 ਲੱਖ ਨੌਜਵਾਨਾਂ ਨੂੰ ਜਿਹੜਾ ਪੰਜਾਬ ਦੇ ਉਹ ਨੌਕਰੀ ਮਿਲੇਗੀ ਉਹ ਰੁਜ਼ਗਾਰ ਮਿਲੇਗਾ ਕੇਜਰੀਵਾਲ ਸਾਹਿਬ ਦੇ ਆਉਣ ਨਾਲ ਗੁਰਮੀਤ ਸਿੰਘ ਖੁੱਡੀਆ ਦੀ ਜੋੜ ਮੈਨੂੰ ਹਜ਼ਾਰਾ ਮਿਲੇਗਾ ਬਿਲਕੁਲ ਜੀ ਖੁੱਡੀਆ ਪਰਿਵਾਰ ਉਹ ਪਰਿਵਾਰ ਹੈ ਜਿਹੜਾ 60 ਸਾਲਾਂ ਤੋਂ ਰਾਜਨੀਤੀ 'ਚ ਹੈਗਾ ਔਰ ਉਹਨਾਂ ਦੇ ਪਹਿਲਾਂ ਪਿਤਾ ਜੀ ਰਾਜਨੀਤੀ ਸੀ ਹੁਣ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਪਿਛਲੇ 30 ਸਾਲ ਤੋਂ ਰਾਜਨੀਤੀ 'ਚ ਨੇ 1-2 ਸਾਲ ਤੋਂ ਉਹ MLA ਹੈਗੇ 1 ਸਾਲ ਤੋਂ ਮੰਤਰੀ ਹੈਗੇ ਬੜੇ ਹਲੀਮੀ ਨੇ ਉਹ ਬੜੇ ਜਾਨੀ ਕਿ ਦਾਨਸਵਰ ਹੈਗੇ ਆ ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਹੈਗੇ ਆ ਇਮਾਨਦਾਰ ਹੈਗੇ ਆ ਕੋਈ ਧੱਬਾ ਉਹਨਾਂ ਤੇ ਨਹੀਂ ਹੈਗਾ ਅੱਜ ਦੀ ਡੇਟ 'ਚ ਇਹੋ ਜਿਹਾ ਇਮਾਨਦਾਰ ਬੰਦਾ ਕਿੱਥੇ ਲੱਭਦਾ ਹੈਗਾ ਕੱਲਾ ਇਮਾਨਦਾਰ ਨਹੀਂ ਲੋਕਾਂ ਦੇ ਕੰਮ ਵੀ ਕਰਦੇ ਆ ਸੋ ਨੈਚੁਰਲੀ ਜਦੋਂ ਅਸੀਂ ਬਠਿੰਡੇ ਦੇ ਵਿੱਚ ਲੋਕਾਂ ਨਾਲ ਗੱਲ ਕਰਦੇ ਆ ਲੋਕ ਕਹਿੰਦੇ ਅਸੀਂ ਕੁਝ ਨਹੀਂ ਲੈਣਾ ਕਿਹੜਾ ਕਿਹੜੇ ਪਰਿਵਾਰ ਨੂੰ ਬਿਲੋਂਗ ਕਰਦਾ ਅਸੀਂ ਲੈਣਾ ਵੀ ਉਹ ਇਨਸਾਨ ਜਿਹੜਾ ਸਾਡੇ ਕੰਮ ਆ ਸਕਦਾ ਹੋਵੇ ਉਹ ਪਾਰਟੀ ਜੋ ਸਾਡੀ ਗੱਲ ਕਰਦੀ ਹੋਵੇ ਸੋ ਇੱਥੇ ਤਾਂ ਦੋਨੋਂ ਚੀਜ਼ਾਂ ਨੇ ਆਮ ਆਦਮੀ ਪਾਰਟੀ ਦਾ ਆਪਣਾ ਇੱਕ ਮਾਡਲ ਹੈਗਾ ਜਥੇਦਾਰ ਖੁੱਡੀਆਂ ਦਾ ਇੱਕ ਇਮਾਨਦਾਰ ਸ਼ਖਸ ਹੈਗੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਵੱਡੇ ਮਾਰਜਨ ਦੇ ਨਾਲ ਸੀਟ ਅਸੀਂ ਜਿੱਤਾਂਗੇ ਧੜੱਲੇਦਾਰ ਪਰਿਵਾਰ ਹਰਸਿਮਰਤ ਕੌਰ ਇੱਥੇ 15 ਸਾਲਾਂ ਤੋਂ MP ਨੇ ਉਹਨਾਂ ਕੋਈ ਕੰਮ ਕੀਤੇ ਨਹੀਂ ਦੇਖੋ ਗੱਲ ਇਹ ਨਾ ਜੇ 15 ਸਾਲ ਉਹ ਲਗਾਤਾਰ ਲੋਕਾਂ ਨੇ ਜਿਤਾਇਆ ਹੈਗਾ ਪਰ ਬਹੁਤ ਸਾਰੇ ਇਦਾਂ ਦੇ ਮੁੰਦੇ ਆ ਜਿਹੜੇ ਲੋਕਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਤੋਂ ਬੋਲਦੇ ਨਹੀਂ ਹੈਗੇ ਹੁਣ ਪੰਜਾਬ ਦਾ 5,500 ਕਰੋੜ ਰੁਪਇਆ RDF ਦਾ ਰੁਕਿਆ ਹੋਇਆ ਉਹ ਜੇ ਪੈਸਾ ਪੰਜਾਬ 'ਚ ਆਉਂਦਾ ਤੇ ਉਹ ਖੇਤਾਂ 'ਚ ਲੱਗਦਾ ਸੜਕਾਂ 'ਤੇ ਲੱਗਦਾ ਮੰਡੀਆਂ ਦਾ ਸੁਧਾਰ ਹੁੰਦਾ 2,500 ਕਰੋੜ ਰੁਪਇਆ ਸਾਡਾ ਹੈਲਥ ਮਿਸ਼ਨ ਦਾ ਰੁਕਿਆ ਹੋਇਆ ਉਹ ਆਉਂਦਾ ਸਾਡੇ ਹੋਰ ਮੁਹੱਲਾ ਕਲੀਨਿਕ ਬਣਦੇ ਲੋਕਾਂ ਨੂੰ ਚੰਗੀ ਸਹੂਲਤ ਮਿਲਦੀ ਲੇਕਿਨ ਬੀਬੀ ਬਾਦਲ ਕਦੇ ਬੋਲਦੀ ਨਹੀਂ ਅੱਜ ਤੇ ਲੋਕ ਇਹ ਵੀ ਕਹਿੰਦੇ ਆ ਵੋਟ ਭਾਵੇਂ ਪਰਮਪਾਲ ਕੌਰ ਨੂੰ ਪਾ ਦਈਏ ਤੇ ਭਾਵੇਂ ਬੀਬੀ ਬਾਦਲ ਨੂੰ ਪਾ ਦਈਏ ਜਾਣੀ ਤਾਂ ਮੋਦੀ ਕੋਲ ਹੀ ਹੈ ਸੋ ਅਸੀਂ ਮੋਦੀ ਨੂੰ ਵੋਟ ਕਿਉਂ ਪਾਈਏ ਉਹ ਮੋਦੀ ਜਿਹੜਾ ਤਾਨਾਸ਼ਾਹ ਹੈ ਉਹ ਮੋਦੀ ਜਿਹੜਾ ਸੰਵਿਧਾਨ ਨੂੰ ਖਤਰਾ ਪੈਦਾ ਕੀਤਾ ਹੋਇਆ ਸੋ ਬੜਾ ਕਲੀਅਰ ਹੈ 3-4 ਮੁੱਦੇ ਉੱਪਰ ਕੇ ਸਾਹਮਣੇ ਆਉਂਦੇ ਆ ਲੋਕ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆ ਲੋਕਤੰਤਰ ਬਚਾਉਣ ਦੀ ਗੱਲ ਕਰਦੇ ਆ ਕੰਮਾਂ ਦੀ ਰਾਜਨੀਤੀ ਗੱਲ ਕਰਦੇ ਇਮਾਨਦਾਰ ਨੇਤਾ ਚੁੱਕੇ ਆ ਵੀਰ ਜੀ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਵੱਲੋਂ ਜਾਣੀ ਜਾਂਦੀ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਆਇਆ ਸਿਰਫ ਨਿਮਾਣੀ ਸੇਵਾਦਾਰ ਦੀ ਪੋਸਟਾਂ ਦੇ ਵਿੱਚ ਨਹੀਂ ਅਕਾਲੀ ਦਲ ਦਾ ਐਕਚੁਅਲੀ ਬਹੁਤ ਵਧੀਆ ਮਾਨਮੱਤਾ ਇਤਿਹਾਸ ਰਿਹਾ ਅਕਾਲੀ ਦਲ ਦਾ ਜਦੋਂ ਸੰਤ ਫਤਿਹ ਸਿੰਘ ਵਰਗੇ ਇਹਨਾਂ ਦੇ ਪ੍ਰਧਾਨ ਹੋਇਆ ਕਰਦੇ ਸੀ ਜਦੋਂ ਇਹ ਪੰਜਾਬ ਦੇ ਹਿੱਤਾਂ ਤੇ ਪਹਿਰਾ ਦਿਆ ਕਰਦੇ ਸੀ 1997 ਤੋਂ ਬਾਅਦ ਇੱਕ ਪਰਿਵਾਰ ਦੀ ਪਾਰਟੀ ਬਣ ਗਈ ਜਦੋਂ ਪੰਥ ਦੇ ਹਿੱਤਾਂ ਨੂੰ ਛੱਡ ਤਿਆਗ ਕੇ ਪੰਜਾਬ ਦੇ ਹਿੱਤਾਂ ਨੂੰ ਤਿਆਗ ਕੇ ਤੁਸੀਂ ਆਪਣੇ ਪਰਿਵਾਰ ਦੇ ਹਿੱਤਾਂ ਦੀ ਗੱਲ ਕਰੋਗੇ ਤਾਂ ਫਿਰ ਲੋਕ ਤਾਂ ਤੁਹਾਨੂੰ ਇਸੇ ਤਰ੍ਹਾਂ ਡੀਲ ਕਰਨਗੇ ਦੇਖੋ ਜੀ ਬਹੁਤ ਵੱਡਾ ਉਤਸ਼ਾਹ ਬਠਿੰਡਾ ਦੇ ਜਿਹੜੇ ਵੋਟਰ ਦੇ ਵਿੱਚ ਕਿਉਂਕਿ ਅੱਜ ਸਾਡੇ ਮਾਣਯੋਗ ਸਾਡੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਪਹੁੰਚ ਰਹੇ ਆ ਔਰ ਜਿਹੜੀ ਇਹ ਕਹਿੰਦੇ ਆ ਲੜਾਈ ਆ ਜਿਹੜਾ ਬਾਦਲਾਂ ਦਾ ਕੜਕੂੜ ਵਾਲੀ ਗੱਲ ਖਤਮ ਕਰਨ ਜਾ ਰਹੇ ਆ ਲੋਕਾਂ 'ਚ ਬੜਾ ਉਤਸ਼ਾਹ ਕਿਉਂਕਿ ਉਸ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਨਹੀਂ ਇੱਕ ਪਰਿਵਾਰ ਦੀ ਪਾਰਟੀ ਹੈ
ਉਸ ਪਰਿਵਾਰ ਦਾ ਇੱਕ ਮੈਂਬਰ ਹਾਰਨ ਵਾਲਾ ਸੀਗਾ, ਇਸ ਵਾਰ ਲੋਕ ਨੂੰ ਹਾਰ ਹਰਾਉਣ ਜਾ ਰਹੇ ਆ। ਔਰ ਬੀਬਾ ਵੀ ਜਿਹੜੀ ਇਕੱਲੀ ਸੀ ਬਾਦਲ ਪਰਿਵਾਰ ਦੀ ਜਿਹੜੀ ਨੂੰਹ ਹੈ ਉਹ ਵੀ ਹਾਰਨ ਜਾ ਰਹੀ ਹੈ ਇਸ ਵਾਰ, ਔਰ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੇ ਆ। ਬਿਲਕੁਲ ਜੀ, ਪੰਥ ਦੀ ਤਾਂ ਕੋਈ ਪਾਰਟੀ ਨਹੀਂ ਰਹੀ, ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਪਰਿਵਾਰ ਦੀ ਪਾਰਟੀ ਹੈ, ਇੱਕ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੈ ਔਰ ਉਹਦੀ ਵਾਈਫ ਹਰਸਿਮਰਤ ਕੌਰ ਦੀ ਪਾਰਟੀ ਹੈ। ਕੋਈ ਪੰਥ ਪੁੰਥ ਦੀ ਪਾਰਟੀ ਨਹੀਂ, ਜਿਹੜੇ ਪੰਥਕ ਬੰਦੇ ਸੀ ਉਹ ਪਹਿਲਾਂ ਹੀ ਛੱਡ ਗਏ ਸੀਗੇ, ਬਾਅਦ ਚ ਜਿਹੜੇ ਪਹਿਲਾਂ ਇਹਨਾਂ ਲੈ ਕੇ ਨਜ਼ਾਰੇ ਲੈ ਗਏ ਹੁਣ ਉਹ ਵੀ ਭੱਜ ਪੁੱਜ ਗਏ। ਹੁਣ ਤਾਂ ਇਕੱਲਾ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਜਾਂ ਇੱਕ ਜਰਾ ਭੁੰਦਰ ਸਾਹਿਬ ਨਾਲ ਫਿਰਦੇ, ਹੋਰ ਕੋਈ ਬੰਦਾ ਇਹਨਾਂ ਨਾਲ ਰਹਿ ਨਹੀਂ ਗਿਆ। ਕੋਈ ਪੰਥਕ ਪਾਰਟੀ ਨਹੀਂ, ਪਰਿਵਾਰ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਦਾ ਜੀ ਲੋਕਾਂ ਦੇ ਵਿੱਚ ਬਹੁਤ ਚੰਗਾ ਪ੍ਰਭਾਵ ਹੈ ਜੀ। ਇੰਨੀ ਗਰਮੀ ਦੇ ਵਿੱਚ ਲੋਕ ਖੜੇ ਹੈ, ਜਿਹੜੀਆਂ ਪੁਰਾਣੀ ਪਾਰਟੀਆਂ ਸੀ ਉਹਨਾਂ ਦੀ ਤਰ੍ਹਾਂ ਕੋਈ ਪੈਸੇ ਦੇ ਕੇ ਦਿਹਾੜੀ ਤੇ ਜਾਂ ਕੋਈ ਨਸ਼ਾ ਦੇ ਕੇ ਨਹੀਂ ਇੱਥੇ ਆਏ, ਸਾਰੇ ਆਪਣੇ ਉਤਸ਼ਾਹ ਨਾਲ ਤੇ ਅੰਦਰੋਂ ਪਿਆਰ ਕਰਦੇ ਆ, ਤਾਂ ਹੀ ਉਹ ਪਹੁੰਚੇ ਹੋਏ ਆ। ਕਿਹੜੀਆਂ ਗੱਲਾਂ ਇਮਾਨਦਾਰ ਪਾਰਟੀ ਹੈ ਜੀ। ਸਭ ਤੋਂ ਵੱਡੀ ਗੱਲ ਹੈ ਬਿਜਲੀ ਫ੍ਰੀ ਕਰਤੀ, ਨੌਕਰੀਆਂ ਦਿੱਤੀਆਂ, ਆਉਂਦੇ ਹੀ ਕੰਮ ਕਰ ਰਹੀ ਹੈ। ਪਿਛਲੇ 2 ਸਾਲਾਂ 'ਚ ਬੜਾ ਕੰਮ ਕੀਤਾ, ਹੁਣ ਵੀ ਕੰਮ ਕਰ ਰਹੀ ਹੈ ਲਗਾਤਾਰ। ਇੰਨਾ ਕੰਮ ਉਹਨਾਂ ਨੇ 70 ਸਾਲਾਂ 'ਚ ਨਹੀਂ ਕੀਤਾ ਜਿੰਨਾ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ। ਮੌੜ ਹਲਕਾ ਜੀ, ਮੌੜ ਹਲਕਾ, ਹਾਂਜੀ, ਸਾਰੇ ਹਲਕਿਆਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਸਵਾਗਤ ਕੀਤਾ ਹੈ। ਰੋਡ ਸ਼ੋਅ ਹੋਇਆ, ਰੈਲੀਆਂ ਹੋਈਆਂ, ਬਹੁਤ ਭਾਰੀ ਇਕੱਠ ਹੋਇਆ ਸੀਐਮ ਮਾਨ ਸਾਹਿਬ ਦਾ ਪਿਛਲੇ 2 ਦਿਨ। ਨਹੀਂ ਨਹੀਂ, ਉਹ ਗੱਲਾਂ ਨਾਲ ਹੀ ਸਾਰਦੇ ਆ, ਲਾਰਿਆਂ ਨਾਲ ਹੀ ਸਾਰਦੇ ਆ, ਤੇ ਇਸ ਵਾਰੀ ਉਹਨਾਂ ਦਾ ਪੱਤਾ ਕੱਟਿਆ ਜਾਊਗਾ ਜੀ। ਬਾਦਲ ਪਰਿਵਾਰ ਇੱਥੋਂ ਖਤਮ, ਅਕਾਲੀ ਦਲ ਦੀ ਜੜ ਇੱਥੋਂ ਖਤਮ ਹੋ ਰਹੀ ਹੈ, ਬਸ ਸਾਡੀ ਜਿੱਤ ਪੱਕੀ ਹੈ।